ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਅਤੇ ਤੁਸੀਂ ਮੈਨੂੰ ਦੇਖ ਰਹੇ ਹੋ ਬ੍ਰਿਟਏਸ਼ੀਆ ਟੀ ਵੀ 'ਤੇ। ਫਿਲਮ ਦਾ ਟਾਈਟਲ ਮਰ ਗਏ ਲੋਕੋ ਇਸ ਲਈ ਰੱਖਿਆ ਕਿਉਂਕਿ ਇਹ ਮਰੇ ਹੋਏ ਲੋਕਾਂ ਦੀ ਕਹਾਣੀ ਆ। ਸੋ ਇਸ ਫਿਲਮ ਦੇ ਵਿੱਚ ਅਸੀਂ ਜਿੱਥੇ ਤੁਹਾਨੂੰ ਧਰਤੀ 'ਤੇ ਹਸਾਵਾਂਗੇ ਉੱਥੇ ਤੁਹਾਨੂੰ ਪ੍ਰਲੋਕ ਲੈ ਕੇ ਚੱਲਾਂਗੇ। ਉੱਪਰ ਕਿੱਦਾਂ ਦੀ ਲਾਈਫ ਹੁੰਦੀ ਹੈ, ਲਾਈਫ ਨਹੀਂ ਮਤਲਬ ਉੱਪਰ ਕਿੱਦਾਂ ਦੀ ਮੌਤ ਹੁੰਦੀ ਹੈ। ਸੋ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਕਿੱਦਾਂ ਕਿੱਦਾਂ ਉਹਦਾ ਸਫ਼ਰ ਉਸ ਤੋਂ ਬਾਅਦ ਕਿੱਦਾਂ ਦਾ ਕੱਟਦਾ ਹੈ, ਧਰਮਰਾਜ ਕੀ ਕਹਿੰਦਾ ਹੈ ਉਹਨੂੰ, ਸੱਚੀਓ ਉੱਥੇ ਤੱਤੇ ਤੇਲ ਦੇ ਕੜਾਹੇ 'ਚ ਸਿੱਟਦੇ ਆ, ਜਿਨ੍ਹਾਂ ਨੇ ਪਾਪ ਕੀਤੇ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਜਾਂ ਨਹੀਂ ਮਿਲਦੀ। ਸੋ ਇਸ ਕਰਕੇ ਫਿਲਮ ਦੇ ਨਾਲ ਬੜਾ ਜਸਟੀਫਾਈ ਕਰ ਰਿਹਾ ਸੀਗਾ ਇਹ ਟਾਈਟਲ, ਸੋ ਇਸ ਕਰਕੇ ਟਾਈਟਲ ਰੱਖਿਆ ਮਰ ਗਏ ਲੋਕ। ਆ ਮੂਵੀ ਤੋਂ ਤੁਸੀਂ ਬਹੁਤ ਕੁਛ ਐਕਸਪੈਕਟ ਕਰ ਸਕਦੇ ਹੋ ਜੀ, ਕਿਉਂਕਿ ਬੜੀ ਮਿਹਨਤ ਨਾਲ ਲਿਖੀ ਹੈ ਔਰ ਜਿੱਦਾਂ ਮੈਂ ਦੱਸਿਆ ਕਿ ਸਟੋਰੀ ਮੇਰੀ ਲਿਖੀ ਹੋਈ ਹੈ ਇਸ ਫਿਲਮ ਦੀ, ਔਰ ਇਸ ਫਿਲਮ ਦੇ ਵਿੱਚ ਹਰ ਕਰੈਕਟਰ ਨੂੰ ਇੱਕ ਵੱਖਰਾ ਰੂਪ ਦਿੱਤਾ ਗਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਸਾਡੀ ਫਿਲਮ ਆਈ ਸੀ ਕੈਰੀ ਔਨ ਜੱਟਾ। ਸੋ ਕੈਰੀ ਔਨ ਜੱਟਾ ਵਾਲੀ ਸੇਮ ਕਾਸਟ ਅਸੀਂ ਰਿਪੀਟ ਕਰਨੀ ਸੀ ਅਤੇ ਤੁਹਾਨੂੰ ਹਸਾਉਣਾ ਵੀ ਸੀ, ਔਰ ਇਹ ਵੀ ਨਹੀਂ ਲੱਗਣਾ ਚਾਹੀਦਾ ਕਿ ਇਹ ਸੇਮ ਸੀਰੀਜ਼ ਚੱਲ ਰਹੀ ਹੈ, ਡਿਫਰੈਂਟ ਵੀ ਲੱਗਣੀ ਚਾਹੀਦੀ ਸੀ। ਸੋ ਇਸ ਕਰਕੇ ਇਹਦਾ ਕੋਨਸੈਪਟ ਆ ਜਿਹੜਾ, ਇਟਸ ਅ ਸਟੋਰੀ ਡਰਿਵਨ ਫਿਲਮ, ਸੋ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੋਨਸੈਪਟ ਹੈ। ਔਰ ਮੇਰਾ ਜਿਹੜਾ ਕਰੈਕਟਰ ਹੈ ਉਹ ਹੈਗਾ ਟੀਟੂ। ਸੋ ਟੀਟੂ ਬੜਾ ਓਨੈਸਟ ਜਿਹਾ ਮੁੰਡਾ ਹੈ, ਇੱਕ ਸ਼ਰੀਫ ਮੁੰਡਾ ਹੈ ਜਿਹੜਾ ਇੱਕ ਕੁੜੀ ਨੂੰ ਪਿਆਰ ਕਰਦਾ ਹੈ, ਸਿਮਰਨ ਨੂੰ, ਬਟ ਉਹਦਾ ਪਿਆਰ ਸਿਰੇ ਨਹੀਂ ਚੜ੍ਹਦਾ ਹੈਗਾ ਕਿਉਂਕਿ ਯਮਦੂਤ ਆਉਂਦਾ ਹੈ ਉੱਪਰੋਂ ਕਿਸੇ ਨੂੰ ਲੈਣ ਦੇ ਲਈ, ਅਤੇ ਉਹਨੇ ਲੈ ਕੇ ਜਾਣਾ ਹੁੰਦਾ ਬੀਨੂ ਢਿੱਲੋਂ ਨੂੰ, ਅਤੇ ਚੱਕ ਕੇ ਲੈ ਜਾਂਦਾ ਮੈਨੂੰ, ਮੇਰੀ ਜ਼ਿੰਦਗੀ ਖਤਮ ਕਰ ਦਿੰਦਾ ਹੈ। ਉੱਪਰ ਜਾ ਕੇ ਪਤਾ ਲੱਗਦਾ ਹੈ ਕਿ ਮੇਰੀ ਤਾਂ ਹਾਲੇ 60 ਸਾਲ ਜ਼ਿੰਦਗੀ ਪਈ ਸੀ। ਸੋ ਮੇਰੀ ਜ਼ਿੰਦਗੀ ਦੇ ਵਿੱਚ ਬੜੀ ਉਥਲ ਪੁਥਲ ਮੱਚ ਜਾਂਦੀ ਹੈ, ਸੋ ਮੈਂ ਕਿੱਦਾਂ ਆਪਣੀ ਲਾਈਫ ਨੂੰ ਮੈਨੇਜ ਕਰਦਾ ਵਾਂ, ਮੌਤ ਨੂੰ ਕਹਿ ਲਈਏ ਚਾਹੇ ਲਾਈਫ ਨੂੰ ਕਹਿ ਲਈਏ, ਸੋ ਮੇਰੇ ਨਾਲ ਕੀ ਕੀ ਕੁਛ ਹੁੰਦਾ, ਸੋ ਇਹ ਤੁਸੀਂ ਦੇਖੋਗੇ ਮਰ ਗਏ ਲੋਕੋ 'ਚ। ਐਕਚੁਲੀ ਮੈਨੂੰ ਲੱਗਦਾ ਕਿ ਕਿਸੇ ਵੀ ਮਿਊਜ਼ਿਕ ਦਾ, ਕਿਸੇ ਵੀ ਮੂਵੀ ਦਾ ਜਿਹੜਾ ਮਿਊਜ਼ਿਕ ਹੈ ਉਹਦੀ ਬੈਕਬੋਨ ਹੁੰਦਾ ਹੈ। ਸੋ ਮਿਊਜ਼ਿਕ ਤੋਂ ਬਿਨਾਂ ਫਿਲਮ ਬਣਾਉਣੀ ਬੜੀ ਔਖੀ ਹੈ, ਬੜੀ ਮੁਸ਼ਕਲ ਹੈ। ਸੋ ਇਸ ਫਿਲਮ ਦਾ ਬੜੇ ਅਲੱਗ ਅਲੱਗ ਰੰਗ ਨੇ, ਉਸੇ ਤਰ੍ਹਾਂ ਦੇ ਅਸੀਂ ਗਾਣੇ ਇਸ ਫਿਲਮ ਦੇ ਵਿੱਚ ਸ਼ੂਟ ਕੀਤੇ ਨੇ। ਸੋ ਜਿੱਦਾਂ ਗੁਰੂ ਰੰਧਾਵੇ ਦਾ ਆ ਜਾ ਨਹੀਂ ਆ ਜਾ ਸੀ, ਸੋ ਮਲਕੀਤ ਭਾਜੀ ਵਾਲਾ ਜਿਹੜਾ ਗਾਣਾ ਵਾ ਮਰ ਗਏ ਲੋਕੋ, ਸੋ ਤਾਂ ਸਾਨੂੰ ਬੜੀ ਜ਼ਰੂਰਤ ਸੀ ਸਾਨੂੰ ਬੜੀ ਉਸ ਗਾਣੇ ਦੀ, ਔਰ ਬੜੀ ਬੇਸਬਰੀ ਨਾਲ ਅਸੀਂ ਉਸ ਗਾਣੇ ਦੀ ਉਡੀਕ ਕਰ ਰਹੇ ਸੀ ਵੀ ਮਲਕੀਤ ਭਾਜੀ ਯੈਸ ਕਰਨ। ਸੋ ਮੇਰੀ ਖੁਸ਼ਕਿਸਮਤੀ ਸੀ ਕਿ ਭਾਜੀ ਨੇ ਯੈਸ ਕੀਤੀ ਅਤੇ ਮੈਨੂੰ ਉਹਨਾਂ ਨਾਲ ਗਾਉਣ ਦਾ ਮੌਕਾ ਵੀ ਮਿਲਿਆ। ਐਂਡ ਉਸ ਤੋਂ ਬਿਨਾਂ ਮੇਰੇ ਸੋਲੋ ਟਰੈਕਸ ਨੇ, ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਗਾਣਾ ਹੈ ਅਤੇ ਕਰਮਜੀਤ ਅਨਮੋਲ ਦਾ ਗਾਣਾ ਹੈ, ਸਿੱਧੂ ਮੂਸੇਵਾਲੇ ਦਾ ਗਾਣਾ ਹੈ। ਸੋ ਕਈ ਗਾਣੇ ਅਸੀਂ ਰੀਮੇਕ ਕਰਕੇ ਉਹਦੇ 'ਚ ਯੂਜ਼ ਕੀਤੇ ਨੇ, ਜਿੱਦਾਂ ਮਲਕੀਤ ਭਾਜੀ ਵਾਲਾ ਗਾਣਾ ਵੀ ਸੀਗਾ ਉਹ ਵੀ ਅਸੀਂ ਦੁਬਾਰਾ ਯੂਜ਼ ਕੀਤਾ, ਪਹਿਲਾਂ ਆਇਆ ਹੋਇਆ ਗਾਣਾ ਉਹ ਵੀ, ਸਿੱਧੂ ਦਾ ਗਾਣਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸੋ ਹਾਈ, ਉਹ ਅਸੀਂ ਯੂਜ਼ ਕੀਤਾ ਜੀ। ਐਕਚੁਲੀ ਇਟਸ ਨੋਟ ਅਬਾਊਟ ਪੰਜਾਬੀ ਸਿਨੇਮਾ, ਮੈਨੂੰ ਲੱਗਦਾ ਕਿ ਕਾਮੇਡੀ ਮੂਵੀਜ਼ ਵੈਸੇ ਹੀ ਜ਼ਿਆਦਾ ਵਰਕ ਕਰਦੀਆਂ ਨੇ। ਹਿੰਦੀ ਸਿਨੇਮਾ ਦੇ ਵਿੱਚ ਵੀ ਆਪਾਂ ਜੇ ਲੈ ਲਈਏ ਤਾਂ ਬਹੁਤ ਜ਼ਿਆਦਾ ਫਿਲਮਾਂ ਨੇ ਜਿਹੜੀਆਂ ਉਹ ਕਾਮੇਡੀ ਹੀ ਜ਼ਿਆਦਾ ਵਰਕ ਕਰਦੀਆਂ ਨੇ। ਜੇ 10 ਫਿਲਮਾਂ ਨੇ ਤਾਂ ਉਹਨਾਂ 'ਚੋਂ 7-8 ਫਿਲਮਾਂ ਕਾਮੇਡੀ ਹੁੰਦੀਆਂ ਨੇ, 3-4 ਦੂਸਰੀਆਂ ਹੁੰਦੀਆਂ। ਸੋ ਪੰਜਾਬੀ ਦੇ ਵਿੱਚ ਕੀ ਹੈ ਕਿ ਹਾਲੇ ਫਿਲਮਾਂ ਸਟਾਰਟ ਹੋਈਆਂ ਬਣਨੀਆਂ, ਸੋ ਜਿਹੜੀਆਂ ਸੁਪਰ ਹਿੱਟ ਫਿਲਮਾਂ ਨੇ ਉਹ ਕਾਮੇਡੀ ਬਣ ਗਈਆਂ। ਸੋ ਇੱਦਾਂ ਤਾਂ ਪੰਜਾਬੀ 'ਚ ਅਰਦਾਸ ਵੀ ਚੱਲੀ, 84 ਵੀ ਚੱਲੀ, ਸੋ ਬੜੀਆਂ ਚੀਜ਼ਾਂ ਨੇ। ਬਾਕੀ ਕੀ ਹੈ ਕਿ ਅੱਜ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਸਟ੍ਰੈਸਫੁੱਲ ਹੈ, ਹਰ ਬੰਦਾ ਆਪਣੀ ਲਾਈਫ ਦੇ ਵਿੱਚ ਇੰਨਾ ਸਟ੍ਰੈਸ ਲੈ ਕੇ ਘੁੰਮ ਰਿਹਾ, ਕਿਸੇ ਨੂੰ ਵੈਸੇ ਹੀ ਪੁੱਛ ਲਓ ਕੀ ਹਾਲ ਚਾਲ ਆ, ਅੱਗੇ ਬੋਲਦਾ ਮੈਂ ਕੀ ਦੱਸਾਂ ਯਾਰ, ਬੜਾ ਬੰਦਾ ਚੱਲ ਰਿਹਾ, ਬੜਾ ਪਰੇਸ਼ਾਨ ਆ, ਹਰ ਬੰਦਾ ਇੰਨੀ ਟੈਨਸ਼ਨ ਲੈ ਕੇ ਘੁੰਮਦਾ। ਔਰ ਜਿਹੜੀਆਂ ਕਾਮੇਡੀ ਫਿਲਮਾਂ ਨੇ ਇਹ ਉਹਨਾਂ ਨੂੰ ਥੋੜ੍ਹਾ ਰਿਲੈਕਸ ਕਰਦੀਆਂ, ਥੋੜ੍ਹਾ ਰਿਲੀਫ ਦਿੰਦੀਆਂ ਨੇ, ਔਰ ਹੱਸਣ ਦੇ ਲਈ ਇੱਕ ਵਾਪਸ ਉਹਨਾਂ ਦੇ ਵਿੱਚ ਜਾਨ ਪਾਉਂਦੀਆਂ ਨੇ। ਕਿਉਂਕਿ ਦੇਖੋ ਸਾਡੀ ਫਿਲਮ ਦਾ ਟਾਈਟਲ ਹੈ ਮਰ ਗਏ ਲੋਕੋ, ਅਸੀਂ ਇਹਦੀ ਟੈਗ ਲਾਈਨ ਰੱਖੀ ਹੈ ਕਿ ਹੱਸਦੇ ਹੱਸਦੇ ਗਾਓਗੇ ਮਰ ਗਏ ਹੋਏ ਲੋਕੋ। ਆ ਐਕਚੁਲੀ ਮੈਨੂੰ ਹਰ ਟਾਈਪ ਦੇ ਕੈਰੈਕਟਰ ਅੱਛੇ ਲੱਗਦੇ ਨੇ, ਬਟ ਮੈਨੂੰ ਇਹ ਹੁੰਦਾ ਕਿ ਕੈਰੈਕਟਰ ਜਲਦੀ ਜਲਦੀ ਰਿਪੀਟ ਨਾ ਹੋਏ, ਕਿ ਇੱਦਾਂ ਨਾ ਹੋਵੇ ਕਿ ਮੈਂ ਹੁਣ ਕੈਰੀ ਔਨ ਜੱਟਾ 'ਚ ਜਿਹੜਾ ਗਿੱਪੀ ਸੀਗਾ ਇੱਕ ਉਹ ਵੀ ਕਾਮੇਡੀ ਸੀ ਅਤੇ ਮਰ ਗਏ ਲੋਕ ਉਹ ਵੀ ਕਾਮੇਡੀ ਆ, ਇੱਦਾਂ ਨਾ ਲੱਗੇ ਕਿ ਸੇਮ ਗਿੱਪੀ ਹੈ ਜਿਹੜਾ ਕੈਰੀ ਔਨ ਜੱਟਾ 'ਚ ਸੀ ਉਹੀ ਹੈ। ਸੋ ਮੈਂ ਟਰਾਈ ਕਰਦਾ ਕਿ ਜੇ ਕਾਮੇਡੀ ਵੀ ਹੈ ਤਾਂ ਘੱਟੋ ਘੱਟ ਉਹਨੂੰ ਥੋੜ੍ਹਾ ਡਿਫਰੈਂਟ ਤਾਂ ਸ਼ੇਡ ਦੇਵਾਂ, ਜਿਵੇਂ ਹੁਣ ਮੰਜੇ ਬਿਸਤਰੇ ਦੇ ਵਿੱਚ ਮੈਂ ਡਿਫਰੈਂਟ ਸੀਗਾ ਸੁਖੀ, ਅਰਦਾਸ ਦੇ ਵਿੱਚ ਮੇਰਾ ਕਿਰਦਾਰ ਬਿਲਕੁਲ ਅਲੱਗ ਸੀ, ਸੂਬੇਦਾਰ ਜੋਗਿੰਦਰ ਸਿੰਘ ਬਿਲਕੁਲ ਡਿਫਰੈਂਟ ਸੀ। ਸੋ ਮੈਂ ਕੋਸ਼ਿਸ਼ ਕਰਦਾ ਕਿ ਜਿਹੜੇ ਮੈਨੂੰ ਪਸੰਦ ਨੇ ਮੈਨੂੰ ਜ਼ਿਆਦਾ ਇੰਟੈਂਸ ਰੋਲ ਪਸੰਦ ਨੇ, ਬਟ ਲੋਕ ਮੈਨੂੰ ਜ਼ਿਆਦਾ ਕਾਮੇਡੀ 'ਚ ਦੇਖਣਾ ਪਸੰਦ ਕਰਦੇ ਨੇ, ਸੋ ਇਸ ਕਰਕੇ ਮੈਂ ਜ਼ਿਆਦਾ ਕਾਮੇਡੀ ਫਿਲਮਾਂ ਕਰਦਾ। ਕੋਈ ਵੀ ਫਿਲਮ ਹੈ ਐਕਚੁਲੀ ਮੈਨੂੰ ਇੱਦਾਂ ਲੱਗਦਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਨੇ
ਸਾਨੂੰ ਸਭ ਨੂੰ ਟਾਰਗੇਟ ਕਰਨਾ ਪੈਂਦਾ ਇਸ ਫਿਲਮ ਦੇ ਵਿੱਚ, ਅਤੇ ਕਿਉਂਕਿ ਯੂਥ ਨੂੰ ਜੇ ਅਸੀਂ ਟਾਰਗੇਟ ਨਹੀਂ ਕਰਦੇ ਤਾਂ ਯੂਥ ਨੂੰ ਅਟਰੈਕਟ ਨਹੀਂ ਕਰਦੇ ਹੈਗੇ, ਤਾਂ ਮੈਨੂੰ ਲੱਗਦਾ ਕਿ ਫਿਲਮ ਦੀ ਜਿਹੜੀ ਯੰਗ ਜਨਰੇਸ਼ਨ ਆ ਉਸ ਅਪਰੋਚ ਤੋਂ ਜੇ ਫਿਲਮ ਬਾਹਰ ਰਹਿ ਜਾਂਦੀ ਹੈ ਤਾਂ ਫਿਲਮ ਹਾਈਪ 'ਚ ਨਹੀਂ ਬਣਦੀ ਫਿਲਮ ਦੀ, ਔਰ ਫਿਲਮ ਹਿੱਟ ਨਹੀਂ ਹੋ ਸਕਦੀ ਹੈਗੀ, ਕਿਉਂਕਿ ਯੂਥ ਹੀ ਹੈ ਜਿਹਨੇ ਗਾਣੇ ਹਿੱਟ ਕਰਨੇ ਹੁੰਦੇ ਆ ਔਰ ਫਿਲਮਾਂ ਨੂੰ ਹਿੱਟ ਕਰਨਾ ਹੁੰਦਾ, ਔਰ ਮੈਨੂੰ ਇੱਦਾਂ ਪਰਸਨਲੀ ਫੀਲ ਵੀ ਹੁੰਦਾ ਵਾ ਕਿ ਖਾਸ ਕਰਕੇ ਜਿਹੜੇ ਓਵਰਸੀਜ਼ ਕੰਟਰੀਜ਼ ਨੇ ਜਿੱਦਾਂ UK ਆਪਾਂ ਮੰਨ ਲਈਏ, ਮੈਂ ਰਾਈਟ ਨਾਓ ਆਪਾਂ UK ਬੈਠੇ ਹਾਂ, ਸੋ ਇੱਥੇ ਜਿਹੜੀ ਜਨਰੇਸ਼ਨ ਆ ਇਹ ਤੀਜੀ ਚੌਥੀ ਪੀੜ੍ਹੀ ਚੱਲ ਰਹੀ ਆ ਪੰਜਾਬੀਆਂ ਦੀ, ਸੋ ਉਹ ਆਲਮੋਸਟ ਪੰਜਾਬੀ ਭੁੱਲ ਚੁੱਕੇ ਨੇ, ਉਹਨਾਂ ਦਾ ਉਹ ਯੂਜ਼ ਟੂ ਹੋ ਗਏ ਨੇ ਇੰਗਲਿਸ਼ ਬੋਲਣ ਦੇ ਲਈ, ਸੋ ਸਾਡੀ ਕੋਸ਼ਿਸ਼ ਹੈ ਕਿ ਉਹ ਸਾਡੇ ਗਾਣੇ ਸੁਣਨ, ਗਾਣੇ ਬੋਲਣ, ਗਾਉਣਗੇ ਮਾੜੇ ਮੋਟੇ, ਫਿਲਮਾਂ ਦੇਖਣਗੇ ਤਾਂ ਉਹਨਾਂ ਨੂੰ ਹੌਲੀ ਹੌਲੀ ਪੰਜਾਬੀ ਰਿਵਾਈਵ ਹੁੰਦੀ ਆ, ਔਰ ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ ਆਪਣੇ ਸਿਨੇਮੇ ਨੂੰ ਇੰਨਾ ਇੰਪਰੂਵ ਕਰੀਏ ਕਿ ਉਹਨਾਂ ਨੂੰ ਲੱਗੇ ਕਿ ਹਾਂ ਯਾਰ ਰਾਈਟ ਟਾਈਪ ਆਫ ਫਿਲਮਸ ਨੇ ਜਿਹੜੀਆਂ ਉਹ ਬਣ ਰਹੀਆਂ ਨੇ, ਸੋ ਅਸੀਂ ਬਹੁਤ ਟਾਰਗੇਟ ਕਰ ਰਹੇ ਹਾਂ ਜੀ ਇਸ ਫਿਲਮ ਦੇ ਵਿੱਚ, ਤਾਂ ਸਪੈਸ਼ਲੀ ਅਸੀਂ ਬੱਚਿਆਂ ਲਈ ਵੀ ਬੜੇ ਐਲੀਮੈਂਟਸ ਪਾਏ ਕਿ ਜੇ ਇੱਥੇ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਜਾਣਗੇ ਉਹਨਾਂ ਨੂੰ ਬੜੀ ਅੱਛੀ ਫਿਲਮ ਲੱਗੂਗੀ, ਐਂਡ ਟਾਰਗੇਟ ਅਸੀਂ ਸਾਰਿਆਂ ਨੂੰ ਕਰਦੇ ਹਾਂ ਜੀ, ਔਰ ਫੈਮਿਲੀ ਹੋਈ ਜੋ ਕੁਛ ਵੀ ਹੋਏਗਾ, ਕਿਉਂਕਿ ਪੰਜਾਬੀ ਦੀਆਂ ਇੱਕ ਫਿਲਮਾਂ ਰਹਿ ਗਈਆਂ ਜਿਹੜੀਆਂ ਤੁਸੀਂ ਕੰਪਲੀਟ ਫੈਮਿਲੀ ਨਾਲ ਬੈਠ ਕੇ ਦੇਖ ਸਕਦੇ ਹੋ, ਆਪਣੇ ਮਦਰ ਫਾਦਰ ਨਾਲ ਬੈਠ ਕੇ ਦੇਖ ਸਕਦੇ ਹੋ, ਆਪਣੇ ਬੱਚਿਆਂ ਨਾਲ ਬੈਠ ਕੇ ਦੇਖ ਸਕਦੇ ਹੋ, ਅਦਰਵਾਈਜ਼ ਤਾਂ ਹਿੰਦੀ ਜਾਂ ਪਹਿਲਾਂ ਕੁਛ ਹੋ, ਪਹਿਲਾਂ ਤੁਹਾਨੂੰ 4 ਵਾਰੀ ਰੇਟਿੰਗ ਚੈੱਕ ਕਰਨੀ ਪੈਂਦੀ ਹੈ ਕਿ ਫਿਲਮ ਕਿੱਦਾਂ ਦੀ ਹੋਏਗੀ। UK ਮਾਰਕੀਟ ਬਹੁਤ ਇੰਪੋਰਟੈਂਟ ਹੈ ਜੀ, ਔਰ ਮੈਨੂੰ ਲੱਗਦਾ ਕਿ ਜਿੱਦਾਂ ਅਵਾਰਡ ਸ਼ੋਜ਼ ਹੁੰਦੇ ਨੇ ਜਿਹੜੇ ਬ੍ਰਿਟਿਸ਼ੀਆ ਨੇ ਵੀ ਕਰਵਾਏ ਸੀ, ਇਹ ਬਹੁਤ ਇੰਪੋਰਟੈਂਟ ਨੇ ਕਿਉਂਕਿ ਅਵਾਰਡ ਸ਼ੋਆਂ ਦੇ ਨਾਲ ਲੋਕਾਂ ਨੂੰ ਹੋਰ ਅਵੇਅਰਨੈਸ ਵੱਧਦੀ ਆ, ਆਰਟਿਸਟਾਂ ਨੂੰ ਇੱਕ, ਕਿਉਂਕਿ ਫਿਲਮ ਤਾਂ ਹਿੱਟ ਹੋ ਚੁੱਕੀ ਹੁੰਦੀ ਆ, ਲੋਕਾਂ ਨੇ ਐਕਸੈਪਟ ਕਰ ਲਈ ਹੁੰਦੀ ਆ, ਸਭ ਕੁਛ ਹੁੰਦਾ, ਉਹ ਇੱਕ ਕਹਿ ਲਈਏ ਕਿ ਇੱਕ ਉਹਦੇ 'ਤੇ ਸਟੈਂਪ ਹੈ ਕਿ ਯਾਰ ਹਾਂ ਤੁਹਾਡੀ ਫਿਲਮ ਹਿੱਟ ਹੋਈ ਸੀ ਐਂਡ ਤੁਸੀਂ ਅੱਛਾ ਕੰਮ ਕੀਤਾ, ਲੋ ਸਟੈਂਪ ਹੈ ਤੁਹਾਡੀ, ਹੈ ਨਾ। ਸੋ ਮੈਨੂੰ ਲੱਗਦਾ UK ਮਾਰਕੀਟ ਬਹੁਤ ਇੰਪੋਰਟੈਂਟ ਹੈ, ਔਰ ਵੀ ਆਰ ਟਰਾਇੰਗ ਟੂ, ਸਾਡਾ ਬਹੁਤ ਜ਼ੋਰ ਲੱਗਿਆ ਹੋਇਆ UK ਦੀ ਮਾਰਕੀਟ ਦੇ ਉੱਤੇ, ਕਿਉਂਕਿ ਜਿੰਨੀ ਪਾਪੂਲੇਸ਼ਨ ਹੈ ਹਲੇ ਉੰਨੀ ਗਰੋਸ ਸਾਡੀ, ਉੰਨੀਆਂ ਫਿਲਮਾਂ ਇੱਥੇ ਨਹੀਂ ਚੱਲ ਰਹੀਆਂ ਹੈਗੀਆਂ, ਫਿਲਮਾਂ ਚੱਲ ਰਹੀਆਂ ਨੇ ਬਹੁਤ ਜ਼ਿਆਦਾ, ਪਰ ਅਕੋਰਡਿੰਗ ਟੂ ਦਾ ਪਾਪੂਲੇਸ਼ਨ ਮੈਨੂੰ ਲੱਗਦਾ ਕਿ ਹੋਰ ਚੱਲਣੀਆਂ ਚਾਹੀਦੀਆਂ ਨੇ। ਸੋ ਦੈਟਸ ਵਾਈ ਮੈਨੂੰ, ਤੁਸੀਂ ਦੇਖ ਲਓ, ਮੈਂ ਪਿਛਲੀਆਂ 3-4 ਫਿਲਮਾਂ ਦੇ ਵਿੱਚ ਹਰ ਵਾਰ ਕੋਸ਼ਿਸ਼ ਕੀਤੀ ਹੈ ਕਿ ਮੈਂ UK ਆ ਕੇ ਫਿਲਮ ਪ੍ਰਮੋਟ ਕਰਾਂ, ਸੋ ਮੈਂ ਕਈ ਕੰਟਰੀ ਮਿਸ ਹੋ ਜਾਂਦੇ ਨੇ, ਬਟ ਮੈਂ UK ਮਿਸ ਨਹੀਂ ਕਰ ਰਿਹਾ ਹੈਗਾ, ਸੋ ਮੈਂ, ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲਗਾਤਾਰ ਉੰਨੀ ਦੇਰ ਆਵਾਂਗੇ ਜਿੰਨੀ ਦੇਰ ਤੁਸੀਂ ਹਰ ਫਿਲਮ ਨੂੰ ਦੇਖਣ ਨਹੀਂ ਲੱਗਦੇ। ਮੈਂ ਐਕਚੁਲੀ ਇੰਗਲਿਸ਼ ਕਿਸੇ ਮੂਵੀ ਦੇ ਵਿੱਚ ਕਦੇ ਕੰਮ ਨਹੀਂ ਕੀਤਾ ਹੈਗਾ, ਬਟ ਮੈਂ, ਕਿਉਂਕਿ ਮੈਂ ਪੰਜਾਬੀ ਦਾ ਆਰਟਿਸਟ ਹਾਂ, ਅਤੇ ਮੈਂ ਇੱਕ ਇੰਗਲਿਸ਼ ਮੂਵੀ ਦੇ ਵਿੱਚ ਡੱਬ ਜ਼ਰੂਰ ਕੀਤਾ ਵਾ ਪੰਜਾਬੀ ਦੇ ਲਈ, ਸੋ ਫਿਲਮ ਨੂੰ ਪੰਜਾਬੀ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀਗਾ, ਉਹਨਾਂ ਦੀ ਟੀਮ ਨੇ ਮੈਨੂੰ, ਫੋਕਸ ਦੀ ਉਹ ਫਿਲਮ ਸੀਗੀ, ਅਤੇ ਫਿਲਮ ਸੀਗੀ ਡਾਈ ਹਾਰਡ, ਸੋ ਜਿਹੜੀ ਡਾਈ ਹਾਰਡ ਪਿੱਛੇ ਆਈ ਸੀ ਬਰੂਸ ਵਿਲਸ ਦੀ, ਅਤੇ ਉਹਦੇ 'ਚ ਮੈਂ ਕੀਤੀ ਸੀਗੀ ਜੀ ਡਬਿੰਗ। ਐਕਚੁਲੀ ਮੈਂ ਬਹੁਤ ਫਿਲਮਾਂ ਦੇਖਦਾ ਜੀ ਹੋਲੀਵੁੱਡ ਦੀਆਂ, ਅਤੇ ਹਿੰਦੀ ਵੀ ਬਹੁਤ ਦੇਖਦਾ, ਹੋਲੀਵੁੱਡ ਦੀਆਂ ਵੀ ਬਹੁਤ ਦੇਖਦਾ ਵਾਂ, ਸੋ ਮੈਂ ਜਿਹੜੀ ਫਿਲਮ ਲੇਟੈਸਟ ਦੇਖੀ ਹੁੰਦੀ ਆ ਮੈਨੂੰ ਉਹ ਆਰਟਿਸਟ ਕਈ ਵਾਰੀ ਬਹੁਤ ਜ਼ਿਆਦਾ ਪਸੰਦ ਆਉਣ ਲੱਗ ਜਾਣਾ ਉਸ ਟਾਈਮ, ਸੋ ਵੈਸੇ ਮੈਂ ਬਹੁਤ ਆਰਟਿਸਟਾਂ ਦਾ ਫੈਨ ਹੈ ਜੀ, ਮੈਂ ਟੌਮ ਹੈਂਕਸ ਦਾ ਬਹੁਤ ਫੈਨ ਹੈ, ਅਤੇ ਮੈਂ ਜਦੋਂ ਰੈਵਨੈਂਟ ਦੇਖੀ ਸੀ ਮੈਂ ਲਿਨਾਰਡੋ ਦਾ ਬਹੁਤ ਫੈਨ ਹਾਂ, ਅਤੇ ਹੁਣ ਤਾਜ਼ੀ ਮਿਸ਼ਨ ਇੰਪੋਸੀਬਲ ਦੇਖੀ ਆ, ਟੌਮ ਕਰੂਜ਼ ਦਾ ਫੈਨ ਹੈ, ਅਤੇ ਸਾਰੇ ਆਰਟਿਸਟ, ਕਿਉਂਕਿ ਉੱਥੇ ਤਾਂ ਬਹੁਤ ਲੰਮੀ ਲਿਸਟ ਹੈ, ਸੋ ਬੜੇ ਅੱਛਾ ਪਰਫੋਰਮ ਕਰਨ ਵਾਲੇ ਇੰਨੇ ਵਧੀਆ ਵਧੀਆ ਆਰਟਿਸਟ ਨੇ, ਸੋ ਮੈਂ ਸਾਰਿਆਂ ਦੀਆਂ ਫਿਲਮਾਂ ਦੇਖਦਾ ਜੀ। ਹੰਬਲ ਦੇ ਵਿੱਚ ਤੁਸੀਂ ਬਹੁਤ ਡਿਫਰੈਂਟ ਫਿਲਮਾਂ ਦੇਖੋਗੇ, ਅਸੀਂ ਹੁਣੇ ਇੱਕ ਲਿਸਟ ਅਨਾਊਂਸ ਕੀਤੀ ਸੀ ਆਲਮੋਸਟ 8 ਫਿਲਮਸ ਦੀ, ਸੋ ਜਿਹਦੇ 'ਚ ਨੈਕਸਟ ਸਾਡੀ ਹੈਗੀ ਆ ਮੰਜੇ ਬਿਸਤਰੇ 2, ਕੈਰੀ ਓਨ ਜੱਟਾ 3, ਸੋ ਜਿੰਦਾਬਾਦ ਯਾਰੀਆਂ, ਵੀਰਾ ਮਾਂ, ਸੋ ਬਹੁਤ ਫਿਲਮਾਂ ਨੇ ਜਿਹੜੀਆਂ ਅਸੀਂ ਅਨਾਊਂਸ ਕੀਤੀਆਂ ਨੇ ਔਰ ਅਸੀਂ ਬਣਾ ਰਹੇ ਹਾਂ, ਐਂਡ ਬਹੁਤ ਐਕਸਾਈਟਡ ਹਾਂ ਅਸੀਂ, ਸੋ ਪ੍ਰੋਡਕਸ਼ਨ ਹਾਊਸ ਦੀਆਂ ਜਿੰਨੀਆਂ ਹੁਣ ਤੱਕ ਫਿਲਮਾਂ ਆਈਆਂ ਉਹਨੂੰ ਬਹੁਤ ਪਿਆਰ ਮਿਲਿਆ, ਅਰਦਾਸ ਤੋਂ ਸ਼ੁਰੂ ਕੀਤਾ ਸੀ, ਸੋ ਬਾਬਾ ਜੀ ਦਾ ਨਾਂ ਲੈ ਕੇ, ਸੋ ਪਹਿਲੀ ਫਿਲਮ ਨੂੰ ਇੰਨਾ ਪਿਆਰ ਮਿਲਿਆ, ਦੈਨ ਮੰਜੇ ਬਿਸਤਰੇ ਹੁਣ ਮਰ ਗਏ ਹੋਏ ਲੋਕੋ, ਸੋ ਇਸ ਤੋਂ ਬਾਅਦ 4th ਹੈਗੀ ਆ ਸਿੱਧੀ ਮੰਜੇ ਬਿਸਤਰੇ 2, ਸੋ ਮੈਨੂੰ ਉਮੀਦ ਆ ਕਿ ਤੁਸੀਂ ਇੱਦਾਂ ਹੀ ਪਿਆਰ ਦਿੰਦੇ ਰਹੋਗੇ। Hi, I'm Gippy Grewal and you're watching me on red carpet of Mar Gaye Loko. Milte hain ji.
So just seen Gaye Oye Loko, and it was a really, really good film. Big congratulations to Gippy Bhai and all the team. A little bit of a different concept to the usual styles of Punjabi films, but it was very good. It was funny and the music was very good as well. Thank you. Hey, the film was very great. It was full of comedy, full of drama, and a totally different concept. Thank you. Hi, it's Snappy. Movie bo kaad hai. Kaad haasa samar jaoge te kahoge mar gaye hoye loko. Cheers. Anji dosto, yeah, just went to watch Mar Gaye Oye Loko world premiere. A totally different concept. A great lineup. Lots of rib-tickling comedy. A must-see for everybody. Hi, I'm Kay Adela, and I just want to tell you that you have to go and see this movie. It is so funny. It's really funny. It's a very different concept, and it's just, rib tickling, roaring, laughing all the way through. It was an extremely funny movie, and it had a genuine message in it, and with Gippy Grewal being his directorial debut, it was a good effort, I would think, and certainly the audience seemed to enjoy it, and they were having a good laugh throughout the movie, and some lovely songs as well. Certainly a couple of songs that I'll be listening to over and over again. ਇਹ ਬਹੁਤ ਇਹ ਕਾਮੇਡੀ ਸੀਗੀ ਪਰ ਗੁੱਡ ਸਟਾਈਲ ਦੀ ਕਾਮੇਡੀ ਐਦਾਂ ਦੀਆਂ ਫਿਲਮਾਂ ਆਪਾਂ ਬਣਾਉਂਦੇ ਰਹੇ ਤਾਂ ਆਪਾਂ ਬਹੁਤ ਕਾਮਯਾਬੀ ਕਰ ਦੇਣੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਬਿੱਲਾ ਲੋ ਜੀ ਅੱਜ ਅਸੀਂ ਸਾਡੇ ਵੱਡੇ ਬਾਈ ਗਿੱਪੀ ਗਰੇਵਾਲ ਦੀ ਮੂਵੀ ਦੇਖੀ ਮਰ ਗਏ ਲੋਕੋ ਕਮਾਲ ਦੀ ਮੂਵੀ ਹੈ ਮੈਂ ਵੈਸੇ ਮੂਵੀ ਦੇ ਪਹਿਲਾਂ ਸੈੱਟ ਤੇ ਵੀ ਪਹੁੰਚਿਆ ਸੀ ਫਿਲਮ ਦੀ ਸ਼ੂਟਿੰਗ ਵੀ ਦੇਖੀ ਸੀ ਪਰ ਅੱਜ ਪ੍ਰੋਪਰ ਬਣੀ ਹੋਈ ਮੂਵੀ ਦੇਖੀ ਤੇ ਬਹੁਤ ਸਵਾਦ ਹੈ ਗਿੱਪੀ ਬਾਈ ਨਾਲ ਅਸੀਂ ਇੰਗਲੈਂਡ ਦੇ ਵਿੱਚ ਅਸੀਂ ਅੱਜ ਬਰਮਿੰਘਮ ਦੇ ਵਿੱਚ ਪ੍ਰੀਮੀਅਰ ਹੋਇਆ ਮੂਵੀ ਦਾ ਪਹਿਲਾ ਸ਼ੋਅ ਸੀਗਾ ਜੋ ਕਿ ਦੇਖਿਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਿਮਰ ਬਾਈ ਨੇ ਬਹੁਤ ਵਧੀਆ ਡਾਇਰੈਕਟ ਕੀਤੀ ਹੈ ਬੀਨੂ ਬਾਈ ਕਰਮਜੀਤ ਬਾਈ ਸਾਰੀ ਟੀਮ ਨੂੰ ਸਲੂਟ ਹੈ ਜੀ ਕਮਾਲ ਦੀ ਮੂਵੀ ਹੈ ਤੇ ਬ੍ਰਿਟੇਸ਼ੀਆ ਆਲਵੇਜ਼ ਸਾਡੇ ਨਾਲ ਖੜਦਾ ਹੈ ਤੇ ਅੱਜ ਵੀ ਬ੍ਰਿਟੇਸ਼ੀਆ ਵੱਲੋਂ ਅਸੀਂ ਸਾਰੇ ਆਰਟਿਸਟ ਪਹੁੰਚੇ ਹਾਂ ਥੈਂਕ ਯੂ ਸੋ ਮਚ ਲਵ ਜੀ ਥੈਂਕ ਯੂ ਸੋ ਮਚ ਜੀ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਗੱਲਬਾਤ ਕਰਨ ਦਾ ਔਰ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਬ੍ਰਿਟੇਸ਼ੀਆ ਦਾ ਬਹੁਤ ਬਹੁਤ ਥੈਂਕਸ ਅਤੇ ਫਿਲਮ ਰਿਲੀਜ਼ ਹੋ ਚੁੱਕੀ ਆ ਗੋ ਐਂਡ ਵਾਚ ਮਰ ਗਏ ਹੋਏ ਲੋਕੋ